ਹਾਲੇਲੂਇਆ ਪਰਮੇਸ਼ਰ ਦਾ ਸ਼ੁਕਰ ਅਤੇ ਧੰਨਵਾਦ ਕਰੋ ਕਿ ਪਰਮੇਸ਼ਰ ਨੇ ਸਾਨੂੰ ਇੱਕ ਹੋਰ ਸਵੇਰ ਦਿੱਤੀ ਤਾਂ ਜੋ ਅਸੀਂ ਉਸ ਚਰਨਾਂ ਵਿੱਚ ਬੈਠ ਕੇ ਧੰਨਵਾਦ ਅਤੇ ਉਹਦੀ ਤਾਰੀਫ ਕਰ ਸਕੀਏ। ਯਾਦ ਰੱਖੋ ਕਿ ਪਰਮੇਸ਼ਰ ਦੀ ਆਵਾਜ਼ ਨੂੰ ਸੁਣਨਾ, ਉਹਦੇ ਉੱਤੇ ਵਿਸ਼ਵਾਸ ਕਰਨਾ, ਇਹ ਇਮਾਨਦਾਰ ਦਾ ਪਹਿਲਾ ਕਦਮ। ਸੋ ਮੈਂ ਪਾਸਟਰ ਪ੍ਰਦੀਪ ਰਾਜ ਇੰਡੀਆ ਤੋਂ ਅੱਜ ਆਪਦੇ ਲਈ ਫਿਰ ਇੱਕ ਜ਼ਾਇਕੇਦਾਰ ਕਲਾਮ ਲੈ ਕੇ ਹਾਜ਼ਰ ਹਾਂ। ਅੱਜ ਦਾ ਜੋ ਸਾਡਾ ਵਿਸ਼ਾ ਹੈ ਬਹੁਤ ਹੀ ਸੋਹਣਾ ਅਤੇ ਬਹੁਤ ਹੀ ਵਧੀਆ ਵਿਸ਼ਾ ਹੈ। ਅੱਜ ਦਾ ਜੋ ਸਾਡਾ ਵਿਸ਼ਾ ਹੈ ਯਿਸੂ ਮਸੀਹ ਨੂੰ ਦੇਖਣਾ। ਹਾਲੇਲੂਇਆ। ਮਤੀ 5 ਚੈਪਟਰ ਦੇ ਵਿੱਚ ਲਿਖਿਆ ਆ, ਜਿਨ੍ਹਾਂ ਦੇ ਮਨ ਸ਼ੁੱਧ ਹਨ ਉਹ ਉਸਨੂੰ ਵੇਖਣਗੇ। ਉਹ ਉਸਨੂੰ ਵੇਖਣਗੇ ਕਿ ਅਸੀਂ ਉਹਨੂੰ ਵੇਖਿਆ ਹੈ। ਹਾਲੇਲੂਇਆ। ਬਹੁਤ ਸਾਰੇ ਲੋਕ ਦਾਅਵਾ ਕਰਦੇ ਆ ਕਿ ਯਿਸੂ ਮਸੀਹ ਨੂੰ ਮੈਂ ਰੋਸ਼ਨੀ ਦੇ ਤਰ੍ਹਾਂ ਦੇਖਿਆ, ਬਹੁਤ ਤਰੀਕਿਆਂ ਦੇ ਨਾਲ ਦੇਖਿਆ, ਉਹਨੂੰ ਮੈਂ ਖੂਬ ਹੋ ਜਿੱਦਾਂ ਦਾ ਤਸਵੀਰ ਦੇ ਵਿੱਚ ਆ ਉਦਾਂ ਦਾ ਦੇਖਿਆ। ਪਰ ਜਿਹੜੇ ਪਰਮੇਸ਼ੁਰ ਦੇ ਸੱਚੇ ਲੋਕ ਨੇ, ਜਿਨ੍ਹਾਂ ਦੇ ਸੱਚਮੁੱਚ ਮਨ ਸ਼ੁੱਧ ਨੇ, ਉਹ ਉਸਨੂੰ ਰੋਜ਼ ਦੇਖਦੇ। ਆਓ ਫਿਰ ਪ੍ਰਭੂ ਯਿਸੂ ਮਸੀਹ ਕਿਸ ਤਰ੍ਹਾਂ ਦਾ ਹੈ ਜਿਹੜਾ ਦੇਖੀਏ, ਔਰ ਪਰਮੇਸ਼ੁਰ ਦੇ ਕੋਲੋਂ ਬਰਕਤ ਅਤੇ ਆਸ਼ੀਸ਼ ਲਈ, ਔਰ ਦੇ ਇਹ ਵੀ ਸੋਚੀਏ ਕਿ ਸੱਚਮੁੱਚ ਅਸੀਂ ਉਹਨੂੰ ਦੇਖ ਸਕਦੇ ਹਾਂ ਜਾਂ ਨਹੀਂ ਦੇਖ ਸਕਦੇ। ਇਹ ਬਹੁਤ ਸੋਹਣਾ ਅਤੇ ਪਚੀਦਾ ਵਿਸ਼ਾ ਆ, ਬਹੁਤ ਲੰਬਾ ਵਿਸ਼ਾ, ਲੇਕਿਨ ਫਿਰ ਵੀ ਮੈਂ ਢੁਕਵਾਂ ਬੋਲਣ ਦੀ ਕੋਸ਼ਿਸ਼ ਕਰਾਂਗਾ। ਤੁਹਾਨੂੰ ਪਰਮੇਸ਼ੁਰ ਬਹੁਤ ਸਮਝੇ ਔਰ ਤੁਹਾਨੂੰ ਬਰਕਤ ਦੇਵੇ। ਪੜ੍ਹਾਂਗੇ ਅਸੀਂ ਯੋਹੰਨਾ ਦੀ ਅੰਜੀਲ 6 ਚੈਪਟਰ ਅਤੇ ਉਹਦੀ 40 ਆਇਤ। ਹਾਂਜੀ, ਮੇਰੇ ਪਿਤਾ ਦੀ ਇਹ ਮਰਜ਼ੀ ਹੈ। ਹਾਂ, ਹੁਣ ਇੱਥੇ ਸਪੈਸ਼ਲੀ ਆ, ਖੁਦਾ ਦੀ ਇਹ ਮਰਜ਼ੀ ਆ, ਜੋ ਪਿਤਾ ਦੇ ਮੁਤਾਬਕ ਚੱਲਦਾ ਆ। ਖੁਦਾ ਦੀ ਇਹ ਮਰਜ਼ੀ ਹੈ ਕਿ ਹਰ ਕੋਈ ਜੋ ਪੁੱਤਰ ਨੂੰ ਵੇਖੇ। ਹਰ ਕੋਈ, ਇਹਦਾ ਮਤਲਬ ਉਹੀ ਲੋਕ ਨਹੀਂ ਜਿਹੜੇ ਅੱਜ ਤੋਂ 2000 ਸਾਲ ਪਹਿਲਾਂ ਸੀਗੇ। ਇਹਦਾ ਮਤਲਬ ਉਹ ਜਿਉਂਦਾ ਜੇ ਅਤੇ ਜਿਉਂਦੇ ਨੂੰ ਕੋਈ ਵੀ ਦੇਖ ਸਕਦਾ ਹੈ। ਬਸ ਇਰਾਦਾ ਹੋਣਾ ਚਾਹੀਦਾ ਆ ਅਤੇ ਫਿਰ ਉਹਨੂੰ ਦੇਖ ਸਕਦੇ ਹਾਂ। ਹਰ ਕੋਈ ਜਿਹੜਾ ਪੁੱਤਰ ਨੂੰ ਵੇਖੇ ਅਤੇ ਉਸ ਉੱਤੇ ਨਿਸ਼ਚਾ ਕਰੇ, ਦੂਜੇ ਨੰਬਰ ਤੇ ਉਹਨੂੰ ਵੇਖੇ ਔਰ ਫਿਰ ਉਹਦੇ ਤੇ ਵਿਸ਼ਵਾਸ ਕਰੇ, ਸੋ ਦੀਪਕ ਜੀਵਨ ਪਾਵੇ। ਉਹ ਕੀ ਪਾਵੇਗਾ? ਹਮੇਸ਼ਾ ਦੀ ਜ਼ਿੰਦਗੀ ਪਾਏਗਾ। ਅਤੇ ਮੈਂ ਉਸ ਨੂੰ ਅੰਤ ਦੇ ਦਿਨ ਜਿਉਂਦਾ ਉਠਾਵਾਂਗਾ। ਔਰ ਯਿਸੂ ਮਸੀਹ ਦਾ ਵਾਅਦਾ ਆ, ਜਿਹਨੇ ਪੁੱਤਰ ਨੂੰ ਵੇਖ ਲਿਆ, ਜਿਹਨੇ ਯਿਸੂ ਨੂੰ ਵੇਖ ਲਿਆ, ਉਹ ਅੰਤ ਦੇ ਦਿਨ ਜਿੰਦਾ ਉੱਠ ਜਾਏਗਾ। ਹੁਣ ਸਵਾਲ ਇਹ ਪੈਦਾ ਹੁੰਦਾ, ਲੋਕ ਬਹੁਤ ਦਾਅਵਾ ਕਰਦੇ ਨੇ, ਫਿਰ ਫੋਟੋਆਂ ਬਹੁਤ ਬਣੀਆਂ ਨੇ, ਤਸਵੀਰਾਂ ਬਹੁਤ ਬਣੀਆਂ, ਜੇ ਇਹ ਸੱਚਮੁੱਚ ਯਿਸੂ ਮਸੀਹ ਦੀਆਂ ਤਸਵੀਰਾਂ ਜੀ? ਨਹੀਂ। ਜਿਹੜੇ ਲੋਕ ਦਾਅਵਾ ਕਰਦੇ ਆ ਕਿ ਅਸੀਂ ਉਸਨੂੰ ਰੋਸ਼ਨੀ ਦੇ ਮੁਤਾਬਕ ਦੇਖਿਆ ਅਤੇ ਉਹਦੀ ਸ਼ਕਲ ਨਹੀਂ ਹੈਗੀ, ਕਿਉਂਕਿ ਬਾਈਬਲ ਦੇ ਵਿੱਚ ਇਹ ਦੱਸਿਆ ਹੈਗਾ ਕਿ ਅੱਜ ਤੱਕ ਪਿਤਾ ਨੂੰ ਕਿਸੇ ਨੇ ਵੇਖਿਆ ਨਹੀਂ, ਨਾ ਹੀ ਕੋਈ ਪਰਮੇਸ਼ੁਰ ਨੂੰ ਵੇਖ ਸਕਦਾ। ਮੂਸਾ ਨੇ ਵੇਖਣ ਦੀ ਕੋਸ਼ਿਸ਼ ਕੀਤੀ ਸੀ ਅਤੇ ਉਹਨੇ ਕਿਹਾ ਸੀ, ਅਤੇ ਮੂਸਾ ਨੂੰ ਜਵਾਬ ਮਿਲਿਆ ਸੀ, ਜਿਸ ਦਿਨ ਤੂੰ ਮੈਨੂੰ ਵੇਖੇਂਗਾ ਤੂੰ ਮਰ ਜਾਏਗਾ, ਤੂੰ ਜੀ ਨਹੀਂ ਸਕਦਾ। ਹਾਲੇਲੂਇਆ। ਕਿਉਂਕਿ ਉਹ ਹੈ ਹੀ ਇੰਨਾ ਸੱਚਾ ਅਤੇ ਦੁਨੀਆ ਝੂਠਦੀ ਆ, ਅਤੇ ਝੂਠੀ ਦੁਨੀਆ ਸੱਚੇ ਨੂੰ ਕਿੱਦਾਂ ਦੇਖ ਸਕਦੀ ਆ? ਪਰ ਯਿਸੂ ਮਸੀਹ ਨੇ ਇੱਕ ਬਹੁਤ ਜ਼ਬਰਦਸਤ ਗੱਲ ਕਹੀ ਮਤੀ 5 ਚੈਪਟਰ ਦੀ 8 ਆਇਤ ਦੇ ਵਿੱਚ, ਕਿ ਜਿਹੜਾ ਸ਼ਖਸ ਦਾ ਮਨ ਸ਼ੁੱਧ ਆ ਉਹ ਮੈਨੂੰ ਵੇਖ ਸਕਦਾ, ਉਹ ਪਿਤਾ ਨੂੰ ਵੇਖ ਸਕਦਾ। ਹਾਲੇਲੂਇਆ। ਸੋ ਖੁਦਾਵੰਦ ਖੁਦਾ ਤੁਹਾਨੂੰ ਬਹੁਤ ਬਰਕਤ ਅਤੇ ਆਸ਼ੀਸ਼ ਦੇ। ਲਿਖਿਆ ਆ, ਪਿਤਾ ਦੀ ਇਹ ਮਰਜ਼ੀ ਆ ਜੋ ਕੋਈ ਪੁੱਤਰ ਨੂੰ ਵੇਖੇ, ਜੋ ਕੋਈ ਬੇਟੇ ਨੂੰ ਦੇਖੇ, ਉਹ ਹਮੇਸ਼ਾ ਦੀ ਜ਼ਿੰਦਗੀ ਪਾਏ। ਅੱਜ ਦੁਨੀਆ ਬਹੁਤ ਦਾਅਵਾ ਕਰਦੀ ਆ, ਅਸੀਂ ਦੇਖਿਆ, ਅਸੀਂ ਦੇਖਿਆ, ਅਸੀਂ ਦੇਖਿਆ। ਜੇ ਦੇਖਿਆ ਹੁੰਦਾ ਤਾਂ ਹਮੇਸ਼ਾ ਦੀ ਜ਼ਿੰਦਗੀ ਵੀ ਮਿਲ ਜਾਂਦੀ, ਜੇ ਪੁੱਤਰ ਨੂੰ ਦੇਖਿਆ ਹੁੰਦਾ ਤਾਂ ਵਹਿਮਾਂ ਤੋਂ ਵੀ ਪਾਰ ਚੱਲ ਜਾਂਦੀ, ਪੁੱਤਰ ਨੂੰ ਦੇਖਿਆ ਹੁੰਦਾ ਤੇ ਉਹ ਬੰਦਿਆਂ ਮਗਰ ਨਾ ਭੱਜਦੇ ਕਿ ਮੈਂ ਉਹ ਚਰਚ ਜਾਣਾ, ਮੈਂ ਉਹ ਚਰਚ ਜਾਣਾ, ਉਹ ਕਲਾਮ ਮਗਰ ਭੱਜਦੇ ਕਿ ਸੱਚਮੁੱਚ ਕਲਾਮ ਮੈਨੂੰ ਕੀ ਕਹਿੰਦਾ ਆ ਔਰ ਕਲਾਮ ਦੀ ਕੀ ਮਨਸ਼ਾ ਹੈ। ਹਾਲੇਲੂਇਆ। ਸੋ ਖੁਦਾ ਤੁਹਾਨੂੰ ਬਹੁਤ ਬਰਕਤ ਅਤੇ ਆਸ਼ੀਸ਼ ਦੇ। ਪੜ੍ਹਾਂਗੇ ਅਸੀਂ ਯੋਹੰਨਾ ਦੀ ਅੰਜੀਲ 6 ਚੈਪਟਰ ਤੇ ਉਹਦੀ 54 ਆਇਤ। ਜੋ ਕੋਈ ਮੇਰਾ ਮਾਸ ਖਾਂਦਾ, ਹੁਣ ਇੱਥੇ ਸਪੈਸ਼ਲੀ ਲਿਖਿਆ ਆ, ਹੁਣ ਜਿਉਂਦਾ ਹੀ ਇਹ ਗੱਲ ਕਹਿ ਸਕਦਾ, ਇਹ ਨਹੀਂ ਕਿ ਇਕੱਲਾ ਉਦੋਂ ਹੀ ਉਹਨਾਂ ਨੂੰ ਹੀ ਕਿਹਾ ਆ, ਉਹਨਾਂ ਨੇ ਕੋਈ ਵੱਡ ਖਾਧਾ ਨਹੀਂ ਹੈਗਾ, ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ। ਪਰ ਇੱਥੇ ਇੱਕ ਬਹੁਤ ਜ਼ਬਰਦਸਤ ਚੀਜ਼ ਆ ਜੋ ਦੁਨੀਆਂ ਵਿੱਚ ਕਿਸੇ ਨੇ ਵੀ ਨਹੀਂ ਕਹੀ। ਪਹਿਲੀ ਗੱਲ ਦੇਖਣ ਦੀ, ਅੱਜ ਤੱਕ ਦੁਨੀਆਂ ਵਿੱਚ ਕੋਈ ਕਿਸੇ ਨੇ ਕਿਹਾ ਕਿ ਤੁਸੀਂ ਮੈਨੂੰ ਬਾਅਦ ਵਿੱਚ ਦੇਖੋਗੇ? ਕੋਈ ਨਹੀਂ ਦੱਸਿਆ। ਪਰ ਯਿਸੂ ਮਸੀਹ ਨੂੰ ਦੇਖਣ ਦੇ ਬਹੁਤ ਸਾਰੇ ਦਾਅਵੇ ਆਏ ਸਾਹਮਣੇ, ਬਹੁਤ ਸਾਰੇ ਕੀ ਆ, ਮੈਨੂੰ ਯਿਸੂ ਮਸੀਹ ਦਿਸਿਆ, ਮੈਨੂੰ ਆਹ ਹੋਇਆ, ਮੈਨੂੰ ਉਹ ਹੋਇਆ। ਲੇਕਿਨ ਜੋ ਪਰਮੇਸ਼ੁਰ ਦੀ ਬਾਣੀ ਆ ਉਹ ਕੀ ਕਹਿੰਦੀ? ਜੋ ਕੋਈ ਮੇਰਾ ਮਾਸ ਖਾਂਦਾ, ਇਹਦਾ ਮਤਲਬ ਜ਼ਿੰਦਾ ਆ ਔਰ ਉਹ ਖਾਣ ਵਾਲੀ ਚੀਜ਼ ਆ। ਹਾਲੇਲੂਇਆ। ਉਹ ਖਾਣ ਵਾਲੀ ਚੀਜ਼ ਆ,
मेरे भैनों भाईओ खाने वाली चीज है, जो कोई मेरा मांस खाता है मेरा लहू पींदा है हमेशा की जिंदगी ओदी आ। मैं अंत के दिन फिर उन्होंने जिंदा उठावांगा। पहले नंबर से देखने वाला जिंदा रहेगा, दूजे नंबर से जिहड़ा लहू पींदा ते ओदा मांस खांदा वह भी जिंदा रहेगा। हुण सवाल यह पैदा हुंदा, हुण सानू तां दिखाई नहीं दिंदा, सानू तां अपने धीआं पुत्त दिखाई दिंदे जे दुनिया चलदी फिरदी दिखाई दिंदी है, वह दिखाई नहीं दिंदा। पर सवाल यह पैदा हुंदा कि जिहड़ा शख्स उहनूं देखदा है हमेशा की जीवन ही उहदा जिंदगी उहदी है, कि तुहाडे अंदर इरादा है? जे तुसीं किसे काम नूं इरादे दे नाल करोगे तां परमेशर तुहानूं उहदे विच फतेह बख्शेगा। जे तुहाडे अंदर इरादा नेक नहीं है ते फिर तुहानू परमेश्वर कदी भी अपने बेटे दे दर्शन नहीं करवाएगा। इहदा मतलब असीं परमेश्वर दे दर्शन देख सकदे। जिन्हां ने परमेश्वर नूं देखिया वह अलग है, ते जिहड़े नहीं देखते, जिहड़े हले बाहरला रूप देखते आ, चमत्कार देखण वाले अलग आ, वह परमेश्वर की किसी कैटागरी च नहीं आते, क्योंकि उन्होंने देख के विश्वास किया। पर यीशु मसीह ने एक जगह पर गल कही, धन्य आ वह लोग जिहड़े बिन देखे विश्वास करते। पर यीशु मसीह दिखाई दिंदा, उहनूं दिंदा जिहड़ा भगत है, हालेलुया, उहनूं असली रूप दिखाई दिंदा कि वह है की है। सो अज असीं इहदे ते विचार करना जी कि असीं प्रभु यीशु मसीह नूं देखिया जां नहीं देखिया। जे असीं देखिया आ ते वह है कि जिहड़ा बंदा देखदा आ वह जिंदगी च पहुंचदा आ। पढ़ांगे असीं यूहन्ना 5 चैप्टर ते उहदी 24 आयत। मैं तुहानू सच सच आखदा हां कि जो मेरा वचन सुनदा, आ दो लो जी, जो मेरा वचन सुनदा है अते ओदी प्रतीत करदा है, ओदे उत्ते विश्वास करदा है, जिन मैनू घल्या सदीपक जीवन ओदा है। इहदा मतलब उस दीपक जीवन तां ओदा है जिस परमेश्वर ने घल्या, सजा दा हुक्म नहीं हुंदा, और उस शख्स उत्ते जिहड़ा मेरे वचन नूं सुनदा आ उहनूं पूरा करदा, ओदो मौत तों पार लंघ चुका, उत्ते सजा दा हुक्म नहीं, मौत दे वस च नहीं, सगों मौत तों पार लंघ के ओ जीवन विच जा पहुंचिया। किथे ओ जिंदगी विच जा पहुंचाया? इहदा मतलब आ कि गल कुछ पचीदा है, गल कुछ साडे सामने पई। अज लोकां दा पहलां दसो कि बंदगी दे विच लोकां दा ज्यादा विश्वास किथे आ? लोकां लोक उत्थे जांदे आ जिथे चमत्कार हुंदे, जिथे प्रोफेसियां हुंदियां, जिथे शरीर नूं ठीक करन बारे बार बार गल कीती जांदी है। एक चमत्कार देख लिया, फिर दोबारा चमत्कार देख लिया, फिर दोबारा चमत्कार देख लिया। इंसान का विश्वास चमत्कार देखने ना वधेगा, इंसान का विश्वास जिहड़ा आ वह गवाहियां सुनने दे नाल वधेगा, कि उस तो बगैर बदन दे चांस है नहीं। पर बाइबल तो यह कहती है विश्वास सुनने से और सुनना मसीह दे वचन तो आता है। कि वह लोग जिहड़े लोग भूत प्रेत देख के आए आ, जिहड़े लोग रसौलियां निकलदियां देख के आए आ, जिहड़े लोग लंगड़िया नूं चलदे देख के आए आ, वह पक्का विश्वास करदे, क्योंकि चमत्कार तो दूजे लोगों के भी होंदे जी, वह भी बहुत अपनियां गवाहियां पेश करदे जी। चमत्कार तो कई डॉक्टर भी करी जांदे आ, जरा सोच के देखो। इन्हां नाल परमेश्वर दे अगे तुसीं अपने आप नूं धर्मी पेश करोगे, ये कभी हो नहीं सकता। फिर जरा सोचो मौत तो पार कितना लंघा, वचन नूं सुन के, वचन नूं मन के, वचन ते चल के, तां असी मौत तो पार लंघ सकते हैं, नहीं तो असी कदी भी उस जीवन विच नहीं पहुंच सकते। अज जिहड़ी कलीसिया तैयार हो रही है वह वचन ते कलीसिया तैयार नहीं हो रही, चमत्कारां ते कलीसिया तैयार हो रही है। लोगों नूं यह पता असी तेल लैके आना, मसा कीता तेल लैके आना, स्पैशल पोस्टरां ते लिखा जांदा इत्थे यूनाइटेड ऑयल तुहानूं फ्री वंडिया जाएगा। आटा दाल वंडो, कोई होर वंडो, कोई घर परिवार दे घर दे दो, किसी नूं कुआरियां कुड़ियां दे विआह कर दो, किसी नूं दाज दे दिओ, किसी नूं होर कुछ दे दिओ, आ तेल दे नाल की होगी? कुछ भी नहीं बनना। ईमानदार जिहड़ा सच्चा है वह तेल दे नाल चंगा नहीं हुंदा। तेल कोई रब थोड़ो आ, किहो जी गल्लां करदे तुसीं? रब तां कुछ होर है, हालेलुया, रब तां खुदा दी आवाज़ है। साडे कोल इस वेले खुदा दीआं गल्लां पईआं जी। यीशु मसीह ने कहा मैं उही कुछ बोलदा हाँ जो मैं पिता दे कोलों सुणिआ। इहदा मतलब सानू उही गल्लां उत्ते विश्वास करना चाहीदा जिहड़ियां उपरों आईआं।
ਜਿਹੜੀਆਂ ਯਿਸੂ ਮਸੀਹ ਦੇ ਮੂੰਹ ਵਿੱਚੋਂ ਆਈਆਂ। ਹਾਲੇਲੂਇਆ। ਜਿਹੜਾ ਸੋਚੋ ਤੇ ਵਿਚਾਰ ਕਰੋ, ਆਪਾਂ ਉਹਨਾਂ ਗੱਲਾਂ 'ਤੇ ਵਿਸ਼ਵਾਸ ਕਰਨਾ ਜਿਹੜੀਆਂ ਯਿਸੂ ਮਸੀਹ ਨੇ ਕਹੀਆਂ। ਉਹ ਪਿਤਾ ਦੀਆਂ ਗੱਲਾਂ ਹੈ, ਅਤੇ ਪਿਤਾ ਦੀਆਂ ਗੱਲਾਂ ਨੂੰ ਅਗਰ ਬੰਦਾ ਸੁਣਨ ਵਾਲਾ ਨਹੀਂ, ਜਿਹੜੀ ਕਲੀਸੀਆ ਵਚਨ 'ਤੇ ਤਿਆਰ ਹੁੰਦੀ ਆ ਉਹ ਹੀ ਪਰਮੇਸ਼ਰ ਦੇ ਰਾਜ ਵਿੱਚ ਦਾਖਲ ਹੋਣੀ ਹੈ। ਜਿਹੜੀ ਕਲੀਸੀਆ ਚਮਤਕਾਰ ਦੇਖ ਕੇ ਤਿਆਰ ਹੋ ਰਹੀ ਆ, ਹਰ ਕਿਸੇ ਵੀ ਉਹ ਆਸਮਾਨੀ ਬਾਦਸ਼ਾਹ 'ਚ ਨਹੀਂ ਜਾਣ। ਲੱਗਦਾ ਤਾਂ ਬਹੁਤ ਝਟਕਾ ਜਿਹਾ, ਪਰ ਸੱਚਾਈ ਹੈ। ਤੁਸੀਂ ਜਿੰਨੇ ਮਰਜ਼ੀ ਗੀਤ ਗਾਉਂਦੇ ਆ, ਤੂੰ ਜਿੰਨੇ ਮਰਜ਼ੀ ਨੱਚੀ ਜਾਂਦੇ ਆ, ਟੱਪੀ ਜਾਂਦੇ ਆ, ਤੂੰ ਜਿੰਨੇ ਮਰਜ਼ੀ ਰੋਂਦੇ ਆ, ਤੂੰ ਜਿੰਨੀਆਂ ਮਰਜ਼ੀ ਗੈਰ ਜ਼ਬਾਨਾਂ ਬੋਲਦੇ ਆ, ਪਰ ਉਹ ਲੋਕ ਜਾਣੇ ਆ ਜਿਹੜੇ ਕਲਾਮ ਨੂੰ ਸੁਣਦੇ ਆ ਔਰ ਕਲਾਮ 'ਤੇ ਚੱਲਦੇ ਆ। ਹੁਣ ਯਿਸੂ ਮਸੀਹ ਨੇ ਕਿਹਾ ਪਿਤਾ ਦੀ ਮਰਜ਼ੀ ਇਹ ਆ, ਜਿਹਨੇ ਪਿਤਾ ਨੂੰ, ਜਿਹਨੇ ਪੁੱਤਰ ਨੂੰ ਵੇਖਿਆ, ਜਿਹਨੇ ਯਿਸੂ ਮਸੀਹ ਨੂੰ ਵੇਖਿਆ। ਉਹ ਕੌਣ ਆ ਜਿਹੜੇ ਯਿਸੂ ਮਸੀਹ ਨੂੰ ਵੇਖਦੇ ਨੇ? ਹਾਲੇਲੂਇਆ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਯਿਸੂ ਮਸੀਹ ਹੈ ਕੀ? ਸਾਨੂੰ ਲੱਭਣਾ ਪੈਣਾ। ਸੋ ਬਾਣੀ ਦੱਸਦੀ ਆ ਯੂਹੰਨਾ 1 ਚੈਪਟਰ ਉਹਦੀ 1 ਔਰ 2 ਐਤ ਕਿ ਯਿਸੂ ਮਸੀਹ ਆਖਰ ਹੈ ਕੌਣ। ਹਾਂਜੀ, ਆਦਿ ਵਿੱਚ ਸ਼ਬਦ ਸੀ। ਹੁਣ ਇੱਥੇ ਲਿਖਿਆ ਆਦਿ ਵਿੱਚ ਸ਼ਬਦ ਸੀ, ਔਰ ਸ਼ਬਦ ਪਰਮੇਸ਼ਰ ਦੇ ਸੰਗ ਸੀ। ਹਾਂ, ਉਰਦੂ 'ਚ ਆਦਿ ਵਿੱਚ ਕਲਾਮ ਥਾ ਔਰ ਕਲਾਮ ਖੁਦਾ ਕੇ ਸਾਥ ਥਾ ਔਰ ਸ਼ਬਦ ਪਰਮੇਸ਼ਰ ਸੀ ਔਰ ਕਲਾਮ ਖੁਦਾ ਥਾ। ਹਾਲੇਲੂਇਆ। ਇਹਦਾ ਮਤਲਬ ਯਿਸੂ ਮਸੀਹ ਕਲਾਮ ਹੈ ਜਿਹਨੂੰ ਹਰ ਕੋਈ ਦੇਖ ਸਕਦਾ ਹੈ, ਪਰ ਦੇਖਣ ਵਾਲੀ ਅੱਖ ਨਹੀਂ ਹੈ। ਜਿਹੜਾ ਵਚਨ ਆ ਉਹ ਹੀ ਯਿਸੂ ਆ। ਲਿਖਿਆ ਕਲਾਮ 'ਚ ਵਚਨ ਦੇ ਧਾਰੀ ਹੋਇਆ ਕਿ ਤੁਸੀਂ ਵਚਨ ਨੂੰ ਯਿਸੂ ਮੰਨਦੇ ਆ ਅੱਜ, ਕਿਉਂਕਿ ਯਿਸੂ ਨੇ ਹੀ ਤਾਂ ਪਿਤਾ ਨੂੰ ਪ੍ਰਗਟ ਕੀਤਾ, ਉਹ ਤਾਂ ਸ਼ੁਰੂ ਤੋਂ। ਹਾਲੇਲੂਇਆ। ਯਿਸੂ ਨੇ ਹੀ ਤਾਂ ਪ੍ਰਗਟ ਕੀਤਾ। ਅਸੀਂ ਕਹਿੰਦੇ ਹਾਂ ਕਿ ਸਾਨੂੰ ਦਰਸ਼ਨ ਕਰਾ। ਅਸੀਂ ਕਿਸ ਚੀਜ਼ ਨੂੰ ਦੇਖਣਾ ਚਾਹੁੰਦੇ ਹਾਂ? ਅਸੀਂ ਦੇਖਣਾ ਚਾਹੁੰਦੇ ਹਾਂ ਮਾਸ ਨੂੰ, ਹੱਡੀਆਂ ਨੂੰ ਔਰ ਉਹਦੀ ਸ਼ਕਲ ਨੂੰ। ਉਸ ਸ਼ਕਲ ਨੂੰ ਦੇਖ ਕੇ ਕੀ ਕਰੋਗੇ? ਫਿਰ ਵੀ ਤਾਂ ਤੁਹਾਡੇ ਸਾਹਮਣੇ ਖੜਾ ਹੋ ਗਿਆ ਤਾਂ ਉਹ ਬੋਲੇਗਾ ਹੀ, ਤਾਂ ਆਵਾਜ਼ ਹੀ ਸੁਣੋਗੇ। ਉਹ ਹੁਕਮ ਦਊਗਾ ਫਿਰ, ਜਿੱਦਾਂ ਪੌਲਸ ਨੂੰ ਹੁਕਮ ਦਿੱਤਾ, ਪੌਲਸ ਮੈਂ ਯਿਸੂ ਹਾਂ ਜਿਹਨੂੰ ਤੂੰ ਸਤਾਉਂਦਾ ਹੈ। ਉਹ ਤੋਂ ਬਾਅਦ ਉਹਦਾ ਕੰਮ ਕਰਨਾ ਸ਼ੁਰੂ ਉਹਨੇ ਕਰ ਦਿੱਤਾ, ਔਰ ਉਹਨੇ ਇਹੋ ਜਿਹਾ ਕੰਮ ਕਰ ਦਿੱਤਾ ਕਿ ਦੁਨੀਆਂ ਦੇ ਵਿੱਚ ਉਹਦੀ ਭਗਤੀ ਨੂੰ ਸਰਵ ਸ੍ਰੇਸ਼ਟ ਭਗਤੀ ਮੰਨੀ ਗਈ। ਜਰਾ ਸੋਚੋ। ਹਾਲੇਲੂਇਆ। ਵਚਨ ਕੀ ਆ? ਵਚਨ ਹੀ ਤਾਂ ਯਿਸੂ ਆ, ਔਰ ਜਿਹਨੇ ਪਿਤਾ ਦੀ ਮਰਜ਼ੀ ਇਹ ਆ ਕਿ ਲੋਕ ਯਿਸੂ ਨੂੰ ਵੇਖਣ, ਤੇ ਲੋਕ ਤਾਂ ਵੇਖਦੇ ਆ ਚਮਤਕਾਰ, ਲੋਕ ਦਾ ਵੇਖਦੇ ਆ ਚਰਚਾਂ 'ਚ ਜਾ ਕੇ ਭੀੜ, ਤੇ ਲੋਕ ਦਾ ਦੇਖਦੇ ਆ ਤੇਲ ਵੀ ਸਾਨੂੰ 250 ਦਾ 300 ਦਾ ਮਿਲਦਾ, ਲੋਕ ਦਾ ਦੇਖਦੇ ਸਾਡਾ ਆਹ ਕੰਮ ਹੋ ਗਿਆ, ਸਾਡਾ ਉਹ ਕੰਮ ਹੋ ਗਿਆ। ਉਹ ਤਾਂ ਮੰਨਦੇ ਨੇ ਯਿਸੂ ਨੂੰ ਕਿ ਕੋਈ ਵਚਨ ਨੂੰ ਸੁਣ ਕੇ ਪਰਮੇਸ਼ਰ ਦੇ ਉੱਤੇ ਪ੍ਰਤੀਤ ਕਰਦਾ, ਉਹ ਬਹੁਤ ਟਾਵੇਂ ਨਿਕਲਣੇ ਆ, ਬਹੁਤ ਜ਼ਿਆਦਾ। ਇਸਰਾਇਲੀ ਜਿਹੜੇ ਸਾਰੇ ਮਿਸਰ 'ਚੋਂ ਕੱਢੇ ਸੀ, ਸਾਰੇ ਨਹੀਂ ਗਏ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਾਲੇ ਦੇਸ਼ 'ਚ, ਸਿਰਫ ਉੱਥੇ 2 ਹੀ ਜਣੇ ਗਏ, 1 ਯਹੋਸ਼ੂਆ, 1 ਕਲੇਬ, ਹੋਰ ਨਹੀਂ ਕੋਈ ਵੀ ਗਿਆ। ਸਾਰੇ ਰਾਸਤੇ 'ਚ ਮਾਰਤੇ, ਕਿਉਂਕਿ ਪਰਮੇਸ਼ਰ ਨੇ ਉਹਨਾਂ ਨੂੰ ਚੰਗਾ ਨਹੀਂ ਸਮਝਿਆ। ਹਾਲੇਲੂਇਆ। ਜਰਾ ਸੋਚੋ ਤੇ ਵਿਚਾਰ ਕਰਕੇ ਦੇਖੋ। ਇੱਥੋਂ ਤੱਕ ਕਿ ਮੂਸਾ ਵੀ ਕਹਿੰਦਾ ਸੀ, ਕਹਿੰਦਾ ਮੈਨੂੰ ਤਾਂ ਦੇਖਣ ਦਾ ਦੇ, ਅਤੇ ਪਰਮੇਸ਼ਰ ਨੇ ਉਹਨੂੰ ਦਬ ਕੇ ਕਿਹਾ, ਕਹਿੰਦਾ ਖਬਰਦਾਰ ਜੇ ਤੂੰ ਇਸ ਵਿਸ਼ੇ 'ਤੇ ਮੇਰੇ ਨਾਲ ਦੁਬਾਰਾ ਗੱਲ ਕੀਤੀ। ਜਰਾ ਸੋਚ ਕੇ ਦੇਖੋ। ਅਸੀਂ ਪਰਮੇਸ਼ਰ ਦੇ ਘਰ ਜਾਣਾ ਜੀ, ਕੀ ਸਾਨੂੰ ਯਿਸੂ ਮਸੀਹ ਦਿਖਾਈ ਦਿੰਦਾ? ਅਸੀਂ ਤਾਂ ਯਿਸੂ ਮਸੀਹ ਨੂੰ ਫੋਟੋਆਂ ਵਾਲਾ ਦੇਖਦੇ ਜੇ, ਇਹ ਤਾਂ ਨਕਲੀ ਆ, ਇਹ ਤਾਂ ਬਹਿਰੂਪੀ ਆ, ਪਤਾ ਨਹੀਂ ਕਿਹਦੀ ਫੋਟੋ ਆ ਇਹ। ਪਰ ਅਸਲੀ ਯਿਸੂ ਆ ਉਹ ਤਾਂ ਕਲਾਮ ਆ, ਕਲਮਾ ਹੈ। ਕਲਮੇ ਦਾ ਤੁਸੀਂ ਕਿੱਦਾਂ ਤੁਸੀਂ ਤਸਵੀਰ ਬਣਾਓ? ਹਾਲੇਲੂਇਆ। ਜਰਾ ਸੋਚੋ, ਕਲਾਮ ਮੁਜੱਸਮ ਹੁਆ, ਦੇਹਧਾਰੀ ਹੋਇਆ। ਜਿਹਨੇ ਵਚਨ ਨੂੰ ਦੇਖਿਆ ਉਹਨੇ ਯਿਸੂ ਨੂੰ ਦੇਖਿਆ, ਤੇ ਜਿਹੜੇ ਲੋਕ ਆ, ਜਿਹੜੀ ਕਲੀਸੀਆ ਵਚਨ ਨੂੰ ਨਹੀਂ ਦੇਖਦੀ ਔਰ ਜਿਹੜੀ ਸਿਰਫ ਚਮਤਕਾਰਾਂ ਨੂੰ ਦੇਖਦੀ ਆ, ਉਹ ਸਾਰੇ ਦੇ ਸਾਰੇ ਧੋਖੇ ਵਿੱਚ ਜੀ ਰਹੇ ਜੇ, ਉਹ ਸਾਰੇ ਦੇ ਸਾਰੇ ਆਸਮਾਨੀ ਬਾਦਸ਼ਾਹੀ 'ਚ ਨਹੀਂ ਜਾਣਗੇ। ਬਾਦਸ਼ਾਹੀ 'ਚ ਉਹੀ ਜਾਣਗੇ ਜਿਨ੍ਹਾਂ ਨੇ ਵਚਨ 'ਤੇ ਪ੍ਰਤੀਤ ਕੀਤੀ, ਕਿਉਂਕਿ ਜਿਉਂਦੇ ਰਹਿਣ ਦਾ ਹੱਕ ਔਰ ਜਿਉਂਦੀਆਂ ਗੱਲਾਂ ਉਹਨਾਂ ਦੇ ਨਾਲ ਹੀ ਹੋਈਆਂ ਆ ਜਿਹੜੇ ਵਚਨ ਨੂੰ ਮੰਨਦੇ ਨੇ। ਪਰਮੇਸ਼ੁਰ ਤੁਹਾਨੂੰ ਬਹੁਤ ਬਰਕਤ ਅਤੇ ਆਸ਼ੀਸ਼ ਦੇ। ਪੜ੍ਹਾਂਗੇ ਅਸੀਂ ਇਹਦੀ ਦੂਸਰੀ ਆਇਤ, ਪੜ੍ਹ ਦਿਓ ਯੂਹੰਨਾ ਦੀ ਅੰਜੀਲ 1 ਚੈਪਟਰ ਉਹਦੀ 2। ਹਾਂ, ਹੁਣ ਜਿਹੜੀ ਚੀਜ਼ ਪਰਮੇਸ਼ੁਰ ਦੇ ਨਾਲ ਰਹਿੰਦੀ ਉਹੀ ਤਾਂ ਉਹਦਾ ਬੇਟਾ ਹੈ। ਹੁਣ ਕਲਾਮ ਹੈ ਕਿੱਥੇ ਆ? ਉਹਦੇ ਨਾਲ, ਉਹਦੇ ਮੂੰਹ ਵਿੱਚ। ਹਾਲੇਲੂਇਆ। ਪਰਮੇਸ਼ੁਰ ਦੇ ਮੂੰਹ ਵਿੱਚੋਂ ਨਿਕਲਿਆ ਹੋਇਆ ਕਲਾਮ ਆ, ਔਰ ਇਹੀ ਕਲਾਮ ਕੀ ਆ? ਦੇਹ ਧਾਰ ਲਈ, ਔਰ ਜਿੱਦਾਂ ਹੀ ਦੇਹ ਧਾਰੀ ਉਹ ਸਾਡੇ ਵਿੱਚ ਕਿਰਪਾ ਅਤੇ ਸੱਚਾਈ ਦੇ ਨਾਲ ਹੋ ਕੇ ਉਹਨੇ ਵਾਸ
ਕੀਤਾ। ਕਲਾਮ ਹੈ ਕਿੱਥੇ ਆ? ਪਰਮੇਸ਼ਰ ਦੇ ਨਾਲ ਰਹਿੰਦਾ। ਜਿਹੜੀ ਆਵਾਜ਼ ਆ ਪਰਮੇਸ਼ਰ ਦੀ, ਇਹੀ ਉਹਦਾ ਪੁੱਤ ਆ। ਸਾਰਾ ਕਲਾਮ ਉਤਪਤ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਤੱਕ ਯਿਸੂ ਮਸੀਹ ਆ। ਹਾਲੇਲੂਇਆ। ਇਹੀ ਜਦੋਂ ਤੁਸੀਂ ਇਹਨੂੰ ਪੜ੍ਹਦੇ ਆ, ਸਾਨੂੰ ਪਿਤਾ ਦੇ ਬਾਰੇ ਜਾਣਕਾਰੀ ਦਿੰਦਾ। ਇਹ ਆਇਤ ਪੂਰੀ ਹੁੰਦੀ ਆ ਕਿ ਕਿਸੇ ਨੇ ਪਿਤਾ ਨੂੰ ਨਹੀਂ ਦੇਖਿਆ, ਕੇਵਲ ਉਹਦਾ ਬੇਟਾ ਜੋ ਉਹਦੀ ਗੋਦ ਵਿੱਚ ਆ, ਉਸ ਨੇ ਉਹਨੂੰ ਪ੍ਰਗਟ ਕੀਤਾ। ਇਹਦਾ ਮਤਲਬ ਜਦੋਂ ਅਸੀਂ ਉਤਪਤ ਤੋਂ ਪ੍ਰਕਾਸ਼ ਤੱਕ ਪੜ੍ਹਦੇ ਹਾਂ, ਪ੍ਰਕਾਸ਼ ਦੀ ਪੋਥੀ ਤੱਕ, ਮੁਕਾਸ਼ਵਾ ਤੱਕ, ਤੇ ਸਾਨੂੰ ਗਿਆਨ ਹੁੰਦਾ ਜਾਂਦਾ, ਸਾਨੂੰ ਪਿਤਾ ਦੇ ਬਾਰੇ ਪਤਾ ਲੱਗੀ ਜਾਂਦਾ, ਸਾਨੂੰ ਪਿਤਾ ਦੇ ਬਾਰੇ ਦੱਸਿਆ ਕਿਹਨੇ, ਪਿਤਾ ਦੀ ਛਵੀ ਸਾਡੇ ਅੰਦਰ ਕਿਹਨੇ ਬਣਾਈ, ਪਿਤਾ ਦੀ ਇੱਜ਼ਤ ਕਿਹਨੇ ਬਣਾਈ, ਪਿਤਾ ਦੇ ਬਾਰੇ ਸਾਰੀਆਂ ਗੱਲਾਂ ਸਾਡੇ ਨਾਲ ਕਿਹਨੇ ਕੀਤੀਆਂ? ਕਲਾਮ ਨੇ। ਹਾਲੇਲੂਇਆ। ਇਹਦਾ ਮਤਲਬ ਕਲਾਮ ਹੀ ਯਿਸੂ ਆ, ਕਲਾਮ ਹੀ ਸਾਡੇ ਵਿੱਚ ਰਹਿਣਾ ਚਾਹੁੰਦਾ ਹੈ, ਕਲਾਮ ਹੀ ਹੈ ਜਿਹਨੂੰ ਦੇਖ ਕੇ ਔਰ ਜਿਹਨੂੰ ਮੰਨ ਕੇ ਜਿਹਨੂੰ ਖਾ ਕੇ। ਹਾਲੇਲੂਇਆ। ਕਲਾਮ ਦਾ ਹੀ ਮਾਸ ਖਾਣਾ ਆ, ਕਿਉਂਕਿ ਕਲਾਮ ਪੁਰਾਣੇ ਨਿਯਮ 'ਚ ਲਿਖਿਆ, ਮੈਨੂੰ ਚੱਖ ਕੇ ਵੇਖ। ਇਹਦਾ ਮਤਲਬ ਉਹ ਖਾਣ ਵਾਲੀ ਚੀਜ਼ ਆ, ਉਹ ਅੰਦਰ ਆਉਂਦੀ ਆ। ਕਿੰਨਿਆਂ ਨੂੰ ਕਿਹਾ? ਨਵੀਆਂ ਨੂੰ, ਇਹ ਪੋਥੀ ਨੂੰ ਖਾ ਜਾ, ਇਹ ਤੇਰੇ ਮੂੰਹ 'ਚ ਕੀ ਕਰੇਗੀ, ਕੌੜੀ ਲੱਗੇਗੀ, ਪਰ ਤੇਰੇ ਅੰਦਰ ਸ਼ਹਿਦ ਜਿਹੀ ਮਿੱਠੀ ਮਹਿਸੂਸ ਹੋਵੇਗੀ। ਹਾਲੇਲੂਇਆ। ਫਿਰ ਅਗੰਮ ਬਾਗ ਕਰ, ਪਰਮੇਸ਼ੁਰ ਦਾ ਵਚਨ ਆਦਮੀ ਦੇ ਪੁੱਤਰ ਦੇ ਕੋਲ, ਆਦਮੀ ਦੇ ਕੋਲ ਆਇਆ, ਮਨੁੱਖ ਦੇ ਕੋਲ ਆਇਆ। ਕਿਹਦਾ? ਪਰਮੇਸ਼ੁਰ ਦਾ ਵਚਨ। ਵਚਨ ਕੀ ਆ? ਯਿਸੂ ਮਸੀਹ। ਯਿਸੂ ਮਸੀਹ ਕੀ ਆ? ਜ਼ਿੰਦਾ। ਵਚਨ ਨੂੰ ਕੋਈ ਮਾਰ ਨਹੀਂ ਸਕਦਾ, ਵਚਨ ਅੱਜ ਵੀ ਜ਼ਿੰਦਾ। ਜਦੋਂ ਵਚਨ ਸਾਡੇ ਅੰਦਰ ਵਾਸ ਕਰਦਾ ਤਾਂ ਅਸੀਂ ਉਹਦਾ ਰੂਪ ਇੱਕ ਆਤਮਾ ਦੇ ਰੂਪ ਜਿਹਾ ਦੇਖਦੇ ਹਾਂ। ਹਾਲੇਲੂਇਆ। ਸਰੀਰ ਦੇਖ ਕੇ ਕੀ ਕਰੋਗੇ? ਵਚਨ ਹਰ ਜਗ੍ਹਾ ਤੇ ਹੋ ਸਕਦਾ, ਪਰ ਜਿਸਮ ਹਰ ਜਗ੍ਹਾ ਤੇ ਨਹੀਂ ਹੋ ਸਕਦਾ। ਸੋਚੋ, ਵਿਚਾਰ ਕਰਕੇ ਦੇਖੋ, ਜਿਨ ਮੈਨੂੰ ਵੇਖਿਆ। ਆਓ ਦੇਖੀਏ ਅੱਗੇ ਫਿਲਪਸ ਨੇ ਗੱਲ ਕੀਤੀ ਔਰ ਫਿਲਪਸ ਨੂੰ ਜਵਾਬ ਕੀ ਮਿਲਿਆ। ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਯੂਹੰਨਾ ਦੀ ਇੰਜੀਲ 14 ਚੈਪਟਰ ਉਹਦੀ 8 ਔਰ 9 ਹੈ। ਫਿਲਪਸ ਨੇ ਉਹਨੂੰ ਆਖਿਆ, ਪ੍ਰਭੂ ਜੀ, ਪਿਤਾ ਦਾ ਸਾਨੂੰ ਦਰਸ਼ਨ ਕਰਾ, ਸਾਨੂੰ ਪਿਤਾ ਦਾ ਦਰਸ਼ਨ ਕਰਾ। ਫਿਲਪਸ ਨੇ ਬਿਲਕੁਲ ਠੀਕ ਗੱਲ ਕਹੀ, ਯਿਸੂ ਹੀ ਹੈ ਜਿਹੜਾ ਪਿਤਾ ਦੇ ਸਾਨੂੰ ਦਰਸ਼ਨ ਕਰਾ ਸਕਦਾ। ਪਰ ਯਿਸੂ ਮਸੀਹ ਨੇ ਗੱਲ ਕਹੀ ਕਿ ਪਿਤਾ ਵਚਨ 'ਚ ਵਸਦਾ ਆ, ਪਿਤਾ ਵਚਨ 'ਚ ਵਸਦਾ। ਜਿਹਨੇ ਵਚਨ ਨੂੰ ਚੰਗੀ ਤਰ੍ਹਾਂ ਨਾਲ ਦੇਖ ਲਿਆ, ਉਹਨੇ ਪਿਤਾ ਨੂੰ ਸਮਝ ਲਿਆ। ਪਿਤਾ ਨੂੰ ਦੇਖਣ ਦਾ ਮਤਲਬ ਆ ਸਮਝ ਜਾਣਾ, ਤੇ ਜਿਹੜੀ ਸਮਝ ਹੀ ਨਹੀਂ ਦਰੁਸਤ ਹੋਈ, ਉਹ ਕਦੀ ਵੀ ਪਿਤਾ ਨੂੰ ਵੇਖ ਨਹੀਂ ਸਕਦਾ। ਹਾਲੇਲੂਇਆ। ਪਿਤਾ ਨੂੰ ਵੇਖਣ ਦਾ ਮਤਲਬ ਸਮਝੋ ਜਰਾ ਇਸ ਗੱਲ ਨੂੰ, ਪੜ੍ਹ ਕੇ ਦੇਖੋ। ਹਾਂਜੀ। ਪ੍ਰਭੂ ਜੀ, ਪਿਤਾ ਦਾ ਸਾਨੂੰ ਦਰਸ਼ਨ ਕਰਾ, ਪਿਤਾ ਦਾ ਸਾਨੂੰ ਦਰਸ਼ਨ ਕਰਾ, ਸਾਨੂੰ ਤ੍ਰਿਪਤ ਆਊਗਾ, ਤਾਂ ਸਾਨੂੰ ਸ਼ਾਂਤੀ ਮਿਲੂਗੀ, ਤਾਂ ਸਾਨੂੰ ਪਤਾ ਲੱਗੂਗਾ ਕਿ ਹਾਂ ਜਿਹੜੀਆਂ ਗੱਲਾਂ ਕਰਦੇ ਹਾਂ ਅਸੀਂ, ਪਰ ਜਿਹੜੀਆਂ ਗੱਲਾਂ ਨੇ ਪਰਮੇਸ਼ੁਰ ਦੇ ਬਾਰੇ ਗੱਲਬਾਤ ਕੀਤੀ ਆ, ਉਹਨੂੰ ਅਸੀਂ ਬਿਲਕੁਲ ਵੀ ਸਮਝਦੇ ਨਹੀਂ। ਜਰਾ ਸੋਚੋ ਤੇ ਵਿਚਾਰ ਕਰਕੇ ਦੇਖੋ। ਹਾਂਜੀ। ਯਿਸੂ ਨੇ ਉਹਨੂੰ ਆਖਿਆ, ਹੁਣ ਯਿਸੂ ਮਸੀਹ ਨੇ ਉਹਨੂੰ ਆਖਿਆ ਫਿਲਪਸ ਨੂੰ, ਕਿਉਂਕਿ ਫਿਲਪਸ ਇੱਕ ਸੱਚਾ ਇਜ਼ਰਾਈਲੀ ਸੀ, ਔਰ ਜਿਹੜਾ ਸੱਚਾ ਇਜ਼ਰਾਈਲੀ ਆ ਉਹ ਕਲਾਮ ਤੋਂ ਬਗੈਰ ਰਹਿ ਨਹੀਂ ਸਕਦਾ। ਜਦੋਂ ਦਾ ਪੈਦਾ ਹੁੰਦਾ ਸੱਚਾ ਇਜ਼ਰਾਈਲੀ, ਉਹ ਕੀ ਆ? ਪਰਮੇਸ਼ੁਰ ਦੇ ਵਚਨ ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੰਦਾ, ਕਿਉਂਕਿ ਯਿਸੂ ਨੇ ਕਿਹਾ ਇਹ ਸੱਚਾ ਇਜ਼ਰਾਈਲੀ ਆ ਜਿਹਦੇ ਵਿੱਚ ਕੋਈ ਛਲ ਨਹੀਂ। ਹਾਲੇਲੂਇਆ। ਇਹ ਉਹ ਜਿਹਦੇ ਵਿੱਚ ਛਲ ਹੈ ਨਹੀਂ, ਉਹਨਾਂ ਹੀ ਯਿਸੂ ਨੇ ਗੱਲ ਕੀਤੀ ਆ। ਉਹਨੂੰ ਕੀ ਦੱਸਿਆ? ਯਿਸੂ ਨੇ ਉਹਨੂੰ ਆਖਿਆ, ਫਿਲਪਸ, ਇੰਨੇ ਚਿਰ ਤੋਂ ਮੈਂ ਤੁਹਾਡੇ ਨਾਲ ਆ, ਕਦੋਂ ਤੋਂ? ਉਤਪਤ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਤੱਕ। ਕੀ ਨਾਲ ਆ ਸਾਡੇ? ਪਰਮੇਸ਼ੁਰ ਦਾ ਵਚਨ। ਕੀ ਤੂੰ ਮੈਨੂੰ ਹਲੇ ਨਹੀਂ ਜਾਣਦਾ? ਜਿਹਨੇ ਕਲਾਮ ਨੂੰ ਵੇਖਿਆ, ਪਿਤਾ ਨੂੰ ਵੇਖਿਆ, ਉਹਨੇ ਹੀ ਸੱਚੇ ਪਰਮੇਸ਼ੁਰ ਨੂੰ ਵੇਖਿਆ ਹੈ। ਤੂੰ ਕਿੱਦਾਂ ਆਖਦਾ ਹੈ ਕਿ ਪਿਤਾ ਦੇ ਦਰਸ਼ਨ? ਕਿਉਂਕਿ ਯਿਸੂ ਤੋਂ ਬਗੈਰ ਕਦੀ ਅਸੀਂ ਪਿਤਾ ਤੱਕ ਪਹੁੰਚ ਨਹੀਂ ਸਕਦੇ। ਜੇ ਅਸੀਂ ਕਲਾਮ ਨਹੀਂ ਪੜਾਂਗੇ, ਜੇ ਅਸੀਂ ਰੱਬ ਦੀ ਗੱਲ ਨਹੀਂ ਸੁਣਾਂਗੇ, ਜੇ ਅਸੀਂ ਰੱਬ ਦੀ ਗੱਲ ਨੂੰ ਅੱਖਾਂ ਨਾਲ ਦੇਖਾਂਗੇ ਨਹੀਂ, ਅਸੀਂ ਪਰਮੇਸ਼ੁਰ ਤੱਕ ਪਹੁੰਚ ਹੀ ਨਹੀਂ ਸਕਦੇ। ਚੰਗੀ ਤਰ੍ਹਾਂ ਨਾਲ ਦੇਖੋ ਔਰ ਪਰਮੇਸ਼ੁਰ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਪਰਮੇਸ਼ੁਰ ਤੱਕ ਪਹੁੰਚ ਸਿਰਫ ਕਲਾਮ ਦੀ ਆ। ਕਲਾਮ ਜਿਹਦੇ ਕੋਲ ਹੈ, ਵਿੱਚ ਪਰਮੇਸ਼ੁਰ ਦਾ ਵਚਨ ਜਿਹਦੇ ਕੋਲ ਹੈ, ਉਹੀ ਪਰਮੇਸ਼ੁਰ ਤੱਕ ਪਹੁੰਚ ਰੱਖਦਾ। ਉਦਾਂ ਪਹੁੰਚ ਨਹੀਂ ਹੋ ਸਕਦੀ, ਜਿੰਨਾ ਮਰਜ਼ੀ ਤੁਸੀਂ ਅੱਡੀਆਂ ਚੱਕ ਚੱਕ ਜ਼ੋਰ ਲਾ ਲਓ, ਕਿਉਂਕਿ ਪਰਮੇਸ਼ੁਰ ਦੀ ਭਗਤੀ ਵਚਨ ਤੋਂ ਸ਼ੁਰੂ ਹੁੰਦੀ ਆ। ਤਦੀ ਬਾਣੀ 'ਚ ਲਿਖਿਆ ਰੋਮੀਆਂ 10 ਚੈਪਟਰ ਉਹਦੀ 17 ਆਇਤ ਵਿੱਚ, ਵਿਸ਼ਵਾਸ ਸੁਣਨ ਦੇ ਨਾਲ, ਔਰ ਸੁਣਨਾ ਮਸੀਹ ਦੇ ਵਚਨ 'ਚੋਂ। ਔਰ ਜਦੋਂ ਅਸੀਂ ਇਬਰਾਨੀਆਂ 11 ਚੈਪਟਰ ਪੜ੍ਹਦੇ ਹਾਂ, ਵਿਸ਼ ਜਿਹੜਾ ਵਿਸ਼ਵਾਸ ਕਰਦਾ ਆ
ਉਹੀ ਪਰਮੇਸ਼ਰ ਦੇ ਕੋਲ ਆਉਂਦਾ ਆ। ਹਲੇਲੂਇਆ। ਔਰ ਪਰਮੇਸ਼ਰ ਆਪਣੇ ਤਾਲਬਾਂ ਨੂੰ ਕਦੀ ਵੀ ਕੱਢ ਨਹੀਂ ਦਿੰਦਾ, ਬਲਕਿ ਉਹ ਉਹਨਾਂ ਨੂੰ ਪੂਰਾ ਪੂਰਾ ਫਲ ਦਿੰਦਾ। ਬਿਨ ਵਿਸ਼ਵਾਸ ਕੀਤੇ ਅਸੀਂ ਪਿਤਾ ਨੂੰ ਖੁਸ਼ ਨਹੀਂ ਕਰ ਸਕਦੇ। ਹੁਣ ਇਹ ਦੇਖੋ ਕਿ ਵਿਸ਼ਵਾਸ ਕਿੰਨਾ ਵਧੇਗਾ। ਵਿਸ਼ਵਾਸ ਚਮਤਕਾਰਾਂ ਨਾਲ ਨਹੀਂ ਵਧੇਗਾ, ਕਿਉਂਕਿ ਜਦੋਂ ਯਿਸੂ ਮਸੀਹ ਸੀ ਤਾਂ ਉਸ ਵੇਲੇ ਬਹੁਤ ਸਾਰੇ ਚਮਤਕਾਰ ਕੀਤੇ ਗਏ, ਪਰ ਉਹਨਾਂ ਹੀ ਲੋਕਾਂ ਨੇ ਜਿਨ੍ਹਾਂ ਨੇ ਚਮਤਕਾਰ ਦੇਖੇ ਸੀ ਉਹਨਾਂ ਨੇ ਯਿਸੂ ਮਸੀਹ ਨੂੰ ਸਲੀਬ ਤੇ ਚੜ੍ਹਾ ਦਿੱਤਾ। ਇਹਦਾ ਮਤਲਬ ਉਹ ਚਮਤਕਾਰ ਇਨਸਾਨ ਨੂੰ ਬਚਾ ਨਹੀਂ ਸਕਦੇ। ਸੱਚੀ ਕਲੀਸੀਆ ਚਮਤਕਾਰਾਂ ਵਾਲੀ ਨਹੀਂ ਹੈ, ਸੱਚੀ ਕਲੀਸੀਆ ਪਰਮੇਸ਼ਰ ਦੇ ਵਚਨ ਵਾਲੀ। ਹਾਲੇਲੂਇਆ। ਪਰ ਅੱਜ ਚਮਤਕਾਰ ਵਿਕਦਾ ਜੀ, ਉਹਦਾ ਮੁੱਲ ਪੈਂਦਾ ਜੀ। ਹਾਲੇਲੂਇਆ। ਪਰ ਯਿਸੂ ਮਸੀਹ ਦਾ ਜਦੋਂ ਚਮਤਕਾਰ ਕਰਦਾ ਸੀ ਤੇ ਲੋਕਾਂ ਕੋਲੋਂ ਪੈਸੇ ਨਹੀਂ ਸੀ ਇਕੱਠੇ ਕਰਦਾ, ਔਰ ਲੋਕਾਂ ਨੇ ਅਗਰ ਸੱਚਮੁੱਚ ਪੈਸੇ ਦਿੱਤੇ ਹੁੰਦੇ ਤਾਂ ਸ਼ਾਇਦ ਲੋਕ ਉਹਨੂੰ ਸਲੀਬ ਤੇ ਵੀ ਨਾ ਚੜ੍ਹਾਉਂਦੇ। ਪਰ ਲੋਕਾਂ ਨੇ ਉਹ ਗੱਲਾਂ ਨੂੰ ਸਮਝਿਆ ਹੀ ਨਹੀਂ ਜਿਹੜੀਆਂ ਗੱਲਾਂ ਯਿਸੂ ਮਸੀਹ ਨੇ ਆਪਣੇ ਮੂੰਹ ਵਿੱਚੋਂ ਕਹੀਆਂ। ਜੇ ਯਿਸੂ ਕੋਲ ਪੈਸੇ ਹੁੰਦੇ ਤਾਂ ਟੈਕਸ ਲਈ ਉਹ ਆਪ ਪੈਸੇ ਦਿੰਦੇ, ਪਰ ਉਹਨੇ ਕਿਹਾ ਮੱਛੀ ਨੂੰ ਫੜੋ, ਉਹਦੇ ਢਿੱਡ ਵਿੱਚੋਂ ਤੁਹਾਨੂੰ ਸਿੱਕਾ ਮਿਲੇ। ਜੇ ਯਿਸੂ ਮਸੀਹ ਕੋਲ ਸੱਚੀ ਪੈਸੇ ਹੁੰਦੇ ਤਾਂ 5,000 ਨੂੰ ਰੋਟੀਆਂ ਉਹ ਆਪਣੇ ਪੈਸਿਆਂ ਦੇ ਕੋਲੋਂ ਖਿਲਾ ਦਿੰਦਾ, ਔਰ ਉਸਨੂੰ ਹਮੇਸ਼ਾ ਉਹਨਾਂ ਪੈਸਿਆਂ ਦੀ ਥੁੜ ਰਹੀ, ਕਿਉਂਕਿ ਉਸਨੇ ਪੈਸਿਆਂ ਨੂੰ ਦੁੱਗਣਾ ਨਹੀਂ ਕੀਤਾ। ਉਹਨੇ 5 ਰੋਟੀਆਂ ਨੂੰ ਅਤੇ 2 ਮੱਛੀਆਂ ਨੂੰ ਕੀ ਆ 5,000 ਦੇ ਵਿੱਚ ਵੰਡ ਦਿੱਤਾ। ਉਹ ਪੈਸਿਆਂ ਵਾਲੀ ਭਗਤੀ ਨਹੀਂ ਕਰਦਾ, ਉਹ ਤਾਂ ਸੱਚੀ ਭਗਤੀ ਕਰਦਾ। ਜਰਾ ਸੋਚੋ ਅਤੇ ਵਿਚਾਰ ਕਰਕੇ ਦੇਖੋ, ਯਿਸੂ ਮਸੀਹ ਨੂੰ 30 ਰੁਪਈਆਂ ਵਿੱਚ ਵੇਚਿਆ ਗਿਆ। ਜੇ ਯਿਸੂ ਦੇ ਰਸੂਲ ਇੰਨੇ ਅਮੀਰ ਹੁੰਦੇ ਜਿਨ੍ਹਾਂ ਨੂੰ ਮੁਰਦੇ ਜ਼ਿੰਦਾ ਕਰਨ ਦੀ ਵੀ ਹਿਕਮਤ ਮਿਲੀ ਸੀ, ਤਾਕਤ ਮਿਲੀ ਸੀ, ਯਿਸੂ ਮਸੀਹ ਦੇ ਨਾਲ ਰਹਿੰਦੇ ਸੀ ਅਤੇ ਉਹਨਾਂ ਦੇ ਕੋਲ ਬਹੁਤ ਪੈਸੇ ਹੋਣੇ ਸੀ, ਫਿਰ ਯਹੂਦਾ ਇਸਕਰੀਓਤੀ 30 ਰੁਪਈਆਂ ਬਦਲੇ ਲਾਲਚੀ ਕਿਉਂ ਹੋਇਆ? ਜਰਾ ਸੋਚੋ, ਵਿਚਾਰ ਕਰਕੇ ਦੇਖੋ। ਉਹ ਰਸੂਲ ਪੈਸੇ ਇਕੱਠੇ ਨਹੀਂ ਕਰਦੇ ਸੀ, ਜਿਹਨੇ ਪੈਸੇ ਲਏ ਉਹਨੇ ਯਿਸੂ ਮਸੀਹ ਨੂੰ ਫੜਵਾ ਦਿੱਤਾ। ਸੋਚੋ, ਵਿਚਾਰ ਕਰ। ਅੱਜ ਬੜੇ ਬੜੇ ਚਮਤਕਾਰ ਹੁੰਦੇ ਆ, ਤੁਸੀਂ ਯੂਟਿਊਬ 'ਤੇ ਦੇਖਦੇ ਆ, ਆਹ ਕਰਦੇ ਉਹ ਕਰਦੇ, ਉਹ ਚਮਤਕਾਰ ਦਿਖਾ ਕੇ ਕੀ ਕਰਦੇ ਆ? ਉਹ ਸਿਰਫ ਲੋਕਾਂ ਨੂੰ ਕੀ ਆਪਣੇ ਵੱਲ ਖਿੱਚਦੇ ਆ ਕਿ ਲੋਕ ਹੋਰ ਖਿੱਚੇ ਆਉਣ। ਉਹਨਾਂ ਨੂੰ ਚਮਤਕਾਰ ਦਿਖਾ ਕੇ ਉਹਨਾਂ ਨੂੰ ਫਿਰ ਯਿਸੂ ਮਸੀਹ ਬਾਰੇ ਦੱਸਦੇ ਆ ਕਿ ਯਿਸੂ ਮਸੀਹ ਨੇ ਤੁਹਾਨੂੰ ਚੰਗਾ ਕੀਤਾ, ਪਰ ਉਹ ਕਲਾਮ ਤੋਂ ਹਮੇਸ਼ਾ ਮਹਿਰਮ ਰਹਿ ਜਾਂਦੇ ਆ। ਜਿਹੜੇ ਜੇ ਉਹ ਕਲਾਮ ਤੋਂ ਹੀ ਮਹਿਰਮ ਰਹਿ ਗਏ ਤਾਂ ਮੈਨੂੰ ਦੱਸੋ ਕਿ ਉਹ ਕਿੱਦਾਂ ਪਰਮੇਸ਼ੁਰ ਤੋਂ ਬਰਕਤ ਅਤੇ ਆਸ਼ੀਸ਼ ਲੈਣਗੇ। ਸੁਖਦਾ ਤੁਹਾਨੂੰ ਬਹੁਤ ਬਰਕਤ ਅਤੇ ਆਸ਼ੀਸ਼ ਦੇ। ਪੜ੍ਹਾਂਗੇ ਅਸੀਂ ਯੂਹੰਨਾ ਦੀ ਇੰਜੀਲ 12 ਚੈਪਟਰ ਔਰ ਉਹਦੀ 45 ਤੋਂ 48 ਤੱਕ। ਔਰ ਜੋ ਮੈਨੂੰ ਵੇਖਦਾ ਹੈ, ਆ ਦੇਖੋ ਯਿਸੂ ਮਸੀਹ ਨੇ ਕਿਹਾ, ਜੋ ਮੈਨੂੰ ਵੇਖਦਾ ਹੈ ਸੋ ਉਹਨੂੰ ਵੇਖਦਾ ਹੈ ਜਿਨ ਮੈਨੂੰ ਕੱਲਿਆ। ਖੂਬ ਹੂ ਸਿੱਧਾ ਉਹਨੂੰ ਵੇਖਦਾ ਜਿਹਨੇ ਉਹਨੂੰ ਕੱਲਿਆ ਜੀ। ਅੱਗੇ ਮੈਂ ਜਗਤ ਵਿੱਚ ਚਾਨਣ ਹੋ ਕੇ ਆਇਆ ਹਾਂ। ਯਿਸੂ ਮਸੀਹ ਨੇ ਕਿਹਾ ਮੈਂ ਜਗਤ ਦਾ ਚਾਨਣ ਬਣ ਕੇ ਆਇਆ ਹਾਂ, ਤਾਂ ਜੋ ਹਰ ਕੋਈ ਜੋ ਮੇਰੇ ਉੱਤੇ ਨਿਸ਼ਚਾ ਕਰਦਾ ਹੈ ਸੋ ਹਨੇਰੇ ਵਿੱਚ ਨਾ ਰਹੇ। ਹਾਂ, ਬਚਨ ਨੂੰ ਸੁਣਦਾ ਆ, ਬਚਨ ਨੂੰ ਮੰਨਦਾ ਆ, ਉਹ ਕਦੀ ਵੀ ਕਿਸੇ ਹਨੇਰੇ ਵਿੱਚ ਨਾ ਰਹੇ। ਔਰ ਜੇ ਕੋਈ ਮੇਰੀਆਂ ਗੱਲਾਂ ਸੁਣੇ ਅਤੇ ਨਾ ਮੰਨੇ, ਹਾਂ ਤਾਂ ਮੈਂ ਉਹਨੂੰ ਦੋਸ਼ੀ ਨਹੀਂ ਠਹਿਰਾਉਂਦਾ। ਹਾਂ, ਜੇ ਕੋਈ ਮੇਰੀਆਂ ਗੱਲਾਂ ਸੁਣੇ ਤਾਂ ਉਹ ਨਹੀਂ ਮੰਨਦਾ, ਤਾਂ ਮੈਂ ਉਹਨੂੰ ਦੋਸ਼ੀ ਨਹੀਂ ਠਹਿਰਾਉਂਦਾ। ਕਿਉਂ ਮੈਂ ਜਗਤ ਨੂੰ ਦੋਸ਼ੀ ਠਹਿਰਾਉਣ ਨਹੀਂ, ਮੈਂ ਜਗਤ ਨੂੰ ਦੋਸ਼ੀ ਠਹਿਰਾਉਣ ਨਹੀਂ ਆਇਆ, ਸਗੋਂ ਜਗਤ ਨੂੰ ਬਚਾਉਣ ਆਇਆ। ਹਾਂ, ਜੇ ਕੋਈ ਮੈਨੂੰ ਰੱਦਦਾ ਆ ਤੇ ਮੈਂ ਉਹਨੂੰ ਦੋਸ਼ੀ ਨਹੀਂ ਠਹਿਰਾਉਂਦਾ, ਪਰ ਬਚਾਉਂਦਾ ਆ। ਜਿਹੜਾ ਮੈਨੂੰ ਰੱਦ ਕਰਦਾ ਹੈ, ਜਿਹੜਾ ਹੁਣ ਯਿਸੂ ਨੂੰ ਰੱਦੇ ਹੀ ਕਰ ਦਿੰਦਾ ਹੈ ਅਤੇ ਮੇਰੀਆਂ ਗੱਲਾਂ ਨਹੀਂ ਕਬੂਲਦਾ, ਮੇਰੇ ਲਫ਼ਜ਼ਾਂ ਨੂੰ ਨਹੀਂ ਕਬੂਲਦਾ, ਉਹਨੂੰ ਇੱਕ ਦੋਸ਼ੀ ਠਹਿਰਾਉਂਦਾ ਹੈ, ਉਹਨੂੰ ਇੱਕ ਦੋਸ਼ੀ ਠਹਿਰਾਉਣ ਵਾਲਾ ਹੈ। ਜਿਹੜਾ ਵਚਨ ਮੈਂ ਕਿਹਾ, ਜਿਹੜਾ ਅੰਤ ਦੇ ਦਿਨ ਉਹਨੂੰ ਦੋਸ਼ੀ ਠਹਿਰਾਵੇਗਾ। ਜਿਹੜਾ ਕਲਾਮ ਯਿਸੂ ਦੇ ਮੂੰਹ ਵਿੱਚੋਂ ਨਿਕਲਿਆ ਔਰ ਕਲਾਮ ਨੂੰ ਕਲੀਸੀਆ ਨੇ ਨਹੀਂ ਮੰਨਿਆ ਤੇ ਉਹ ਦੋਸ਼ੀ ਠਹਿਰ ਜਾਏਗਾ। ਹਲੇਲੂਇਆ। ਅੱਜ ਕਲਾਮ ਨੂੰ ਕੌਣ ਮੰਨਦਾ ਜੀ? ਕਲਾਮ ਨੂੰ ਤਾਂ ਕੋਈ ਮੰਨਦਾ ਹੀ ਨਹੀਂ। ਜਾਂ ਪਾਸਟਰ ਦੇ ਮੂੰਹ ਵਿੱਚੋਂ ਨਿਕਲਣ ਵਾਲਾ ਸ਼ਬਦ ਮੰਨਦੇ ਆ, ਉਹਦੇ 'ਤੇ ਆਮੀਨ ਆਮੀਨ ਕਹਿੰਦੇ ਆ, ਪਰ ਯਿਸੂ ਦੀ ਗੱਲ 'ਤੇ ਤਾਂ ਆਮੀਨ ਕਹਿੰਦੇ ਹੀ ਨਹੀਂ। ਯਿਸੂ ਦੀ ਗੱਲ 'ਤੇ ਵੀ ਆਮੀਨ ਕਹਿਣ, ਯਿਸੂ ਨੂੰ ਵੀ ਤਾਂ ਕਹਿਣਗੇ ਹਾਂ ਇਹ ਆਮੀਨ ਦੇ ਯੋਗ ਆ। ਜਰਾ ਸੋਚੋ ਅਤੇ ਵਿਚਾਰ ਕਰਕੇ ਦੇਖੋ ਕਿ ਤੁਹਾਡੇ ਦਿਲ ਦੇ ਵਿੱਚ ਪਰਮੇਸ਼ੁਰ ਦੇ ਲਈ ਕਿਹੜੀ ਇੱਜ਼ਤ ਆ। ਅਸੀਂ ਪੜ੍ਹਾਂਗੇ ਯੂਹੰਨਾ 14 ਚੈਪਟਰ ਉਹਦੀ 19 ਆ। ਹੁਣ ਥੋੜੇ ਚਿਰ ਪਿੱਛੋਂ ਜਗਤ ਮੈਨੂੰ ਫੇਰ ਨਾ ਵੇਖੇਗਾ। ਹਾਂ, ਹੁਣ ਇਹਦਾ ਮਤਲਬ ਆ ਕਿ ਦੁਨੀਆ ਨਹੀਂ ਦੇਖਦੀ ਉਹਨੂੰ, ਪਰ ਤੁਸੀਂ ਮੈਨੂੰ ਵੇਖੋਗੇ। ਹਾਂ, ਕਿਉਂਕਿ ਤੁਹਾਡੇ ਹੱਥਾਂ ਦੇ ਵਿੱਚ ਮੈਂ ਹਾਂ, ਤੁਹਾਡੀਆਂ ਅੱਖਾਂ ਦੇ ਸਾਹਮਣੇ ਮੈਂ ਹਾਂ, ਤੁਹਾਡੇ ਦਿਲ ਦੇ ਵਿੱਚ ਮੇਰੀਆਂ ਗੱਲਾਂ ਪਈਆਂ ਹਨ, ਤੁਸੀਂ ਮੈਨੂੰ ਵੇਖੋਗੇ। ਇਸ ਕਰਕੇ ਜੋ ਮੈਂ ਜਿਉਂਦਾ ਹਾਂ, ਕਿਉਂਕਿ ਉਹ ਜਿਉਂਦਾ ਹੈ, ਤੁਸੀਂ ਵੀ ਜਿਉਂਗੇ, ਤੁਸੀਂ ਵੀ ਜਿੰਦਾ
रहोगे। इहदा मतलब परमेश्वर का वचन जिउंदा है, साडे कोल है। जिन्हें परमेश्वर का वचन देखिया उन्हें पिता नूं देखिया। यह बहुत वड्डी गल आ, समझण वाले जरूर समझणगे। मैं विश्वास करदा कि तुसीं जरूर बरकत पाओगे। और अज तो बाद तुसीं यीशु मसीह नूं किसी होर नज़र ना देखोगे, आ दुनिया वाली नज़र दे नाल नहीं देखोगे। सो खुदा तुहानूं बहुत बरकत ते आशीष दे, और हमेशा तुसीं खुश रहो। मेरे दिल दुआ है यीशु मसीह के नाम से।